ਕੀ ਹਾਲ ਚਾਲ ਹੈ ਤੁਹਾਡੇ? ਠੀਕ ਠਾਕ ਹੋ? ਉਮੀਦ ਕਰਦੇ ਹਾਂ ਸਭ ਖੈਰੀਅਤ ਨਾਲ ਹੋਵੋਗੇ। ਤੁਸੀਂ ਦੇਖ ਲਿਆ ਜੇ ਯੂਟਿਊਬ ਚੈਨਲ ਅਲਿਆਨ ਸ਼ਫਾਕਤ, ਮੈਂ ਤੁਹਾਡਾ ਆਪਣਾ ਭਾਈ ਸ਼ਫਾਕਤ ਲਈ। ਅੱਜ ਅਸੀਂ ਆਏ ਹਾਂ ਹੈਡ ਤੇ। ਹੈਡ ਦਾ ਬੜਾ ਪਿਆਰਾ ਮਾਹੌਲ ਹੈ, ਛੋਟੀ ਜਿਹੀ ਪਾਰਕ ਹੈ, ਔਰ ਅਸੀਂ ਅੱਜ ਤੁਹਾਨੂੰ ਹੈਡ ਦਾ ਵਿਜ਼ਿਟ ਕਰਾਉਣ ਲੱਗੇ ਹਾਂ। ਇਨਸ਼ਾਅੱਲਾ ਬੜਾ ਹੀ ਮਜ਼ਾ ਆਉਣ ਵਾਲਾ ਹੈ, ਵੀਡੀਓ ਨੂੰ ਸਕਿਪ ਨਹੀਂ ਕਰਨਾ, ਪੂਰਾ ਵਾਚ ਕਰਨਾ, ਬੜਾ ਹੀ ਮਜ਼ਾ ਆਉਣ ਵਾਲਾ। ਜਿਹੜੇ ਦੋਸਤ ਚੈਨਲ 'ਤੇ ਨਵੇਂ ਨੇ ਉਹ ਚੈਨਲ ਸਬਸਕ੍ਰਾਈਬ ਕਰਨ। ਇਹ ਸਾਡੀ ਬਾਈਕ ਖੜ੍ਹੀ ਹੈ ਔਰ ਇਨਸ਼ਾਅੱਲਾ ਚੱਲ ਕੇ ਤੁਹਾਨੂੰ ਘੁਮਾਉਂਦੇ ਫਿਰਦਾਉਂਦੇ ਹਾਂ। ਇਹ ਪਾਰਕ ਹੈ ਛੋਟਾ ਜਿਹਾ, ਇਹ ਦੇਖ ਸਕਦੇ ਜੀ ਵੀਰ, ਇੱਧਰ ਦਿਖਾਓ ਸਰ, ਕੈਮਰਾਮੈਨ ਸਾਹਿਬ। ਹੈਡ ਦਾ ਬੜਾ ਪਿਆਰਾ ਮਾਹੌਲ ਹੈਗਾ, ਦੇਖ ਸਕਦੇ। ਇੱਥੇ ਪਾਣੀ ਥੋੜ੍ਹਾ ਜਿਹਾ ਕੰਮ ਛੱਡਿਆ ਆ, ਔਰ ਬਾਕੀ ਤੁਹਾਨੂੰ ਇਨਸ਼ਾਅੱਲਾ ਪੂਰਾ ਸਾਰਾ ਮਾਹੌਲ ਦਿਖਾਵਾਂਗੇ, ਅੱਲਾ ਖੈਰ ਕਰੇ ਜੀ। ਬਾਕੀ ਇਨਸ਼ਾਅੱਲਾ ਦੇਖੋ ਮਾਹੌਲ ਸ਼ੋਲ ਦੇਖੋ ਹੈਗਾ ਸਾਰਾ। ਐਚ ਓ ਜੀ ਸਾਹਿਬ ਨੇ ਵੀ ਹੈਡ 'ਤੇ ਘੁੰਮਣ ਆਏ ਨੇ ਸਾਡੇ ਨਾਲ ਹੀ ਭਾਈ ਜਾਨ ਬਾਸਤ ਭਾਈ। ਸ਼ੌਕ ਕੋਈ ਨਹੀਂ ਸੀ ਭਾਈ ਆਉਣ ਦਾ, ਬਸ ਐਵੇਂ ਮਜਬੂਰੀ 'ਤੇ ਆ ਕੇ ਛੋਟੀ ਜਿਹੀ ਵੀਡੀਓ ਸ਼ੂਟ ਕਰ, ਵੀਡੀਓ ਸ਼ੂਟ ਕਰ ਲਈਏ। ਬਾਕੀ ਇਨਸ਼ਾਅੱਲਾ ਅੱਗੇ ਤਾਂ ਵੀ ਤੁਹਾਨੂੰ ਮਾਹੌਲ ਸ਼ੋਲ ਦਿਖਾਉਂਦੇ ਹਾਂ, ਬੜਾ ਹੀ ਮਜ਼ਾ ਆਉਣ ਵਾਲਾ ਇਨਸ਼ਾਅੱਲਾ। ਜ਼ਿੰਦਗੀ 'ਚ ਪਹਿਲੀ ਵਾਰੀ ਆਏ ਹਾਂ ਅਸੀਂ, ਜ਼ਿੰਦਗੀ ਗੁਜ਼ਰ ਗਈ ਹੈ, ਬਸ ਕਹਿੰਦੇ ਅੱਜ ਜਾਣਾ ਹੈਡ 'ਤੇ, ਅੱਜ ਜਾਣਾ, ਬਸ ਸ਼ੌਕ ਨਹੀਂ ਸੀ, ਅੱਜ ਆ ਗਏ ਅੱਜ ਆ ਗਏ। ਦੋਸਤੋ ਦੇਖ ਰਹੇ ਜੇ, ਇਹ ਬੜਾ ਹੀ ਪਿਆਰਾ ਮਾਹੌਲ ਹੈ, ਦੇਖ ਸਕਦੇ ਜੇ। ਮਸਲਾਂ ਇੱਧਰ ਪਾਣੀ ਨਹੀਂ ਹੈ, ਪਾਣੀ ਵਾਲੀ ਸਾਈਡਾਂ ਵੀ ਤੁਹਾਨੂੰ ਦਿਖਾਵਾਂਗੇ, ਜਿਹੜੀਆਂ ਦਰਿਆ ਦੇ ਵਿੱਚੋਂ ਮਸਲਾਂ ਕਿ ਨਿਕਲਦੀਆਂ ਨੇ, ਨਹਿਰਾਂ ਦੇ ਨਹਿਰਾਂ ਅੱਗੇ ਨਿਕਲਦੀਆਂ ਨੇ। ਇਹ ਮੇਰੇ ਭਾਈ ਜਾ ਰਹੇ ਨੇ, ਅਲੀ ਭਾਈ ਔਰ ਚੋਰੀ ਬਾਸਤ ਸਾਹਿਬ, ਤੁਹਾਨੂੰ ਸਾਰਾ ਮਾਹੌਲ ਸ਼ੋਲ ਦਿਖਾਉਂਦੇ ਹਾਂ ਦੋਸਤਾਂ ਨੂੰ। ਇੱਧਰੋਂ ਰਸਤਾ ਥੱਲੇ ਜਾਣ ਵਾਸਤੇ ਬਹੁਤ ਹੀ ਥੋੜ੍ਹਾ ਜਿਹਾ ਮੁਸ਼ਕਲ ਮਿਲਿਆ ਹੈਗਾ। ਦੇਖੋ ਅਸੀਂ ਥੱਲੇ ਜਾ ਰਹੇ, ਅੰਦਰ ਇੰਟਰ ਹੋ ਰਹੇ ਹਾਂ, ਮਸਲਾਂ ਕਿ ਇਹ ਕੀ ਨਹਿਰ ਹੈ, ਦਰਿਆ ਹੈ ਚੋ ਸਾਹਿਬ? ਦਰਿਆ ਹੈ ਵੀਰ, ਬੜਾ ਇੱਥੇ ਮਸਲਣ ਕੇ ਕੁਛ ਖਤਰਨਾਕ ਚੀਜ਼ਾਂ ਵੀ ਹੋ ਸਕਦੀਆਂ ਨੇ। ਅਸੀਂ ਥੱਲੇ ਆ ਗਏ, ਦੇਖ ਸਕਦੇ ਜੇ ਪੱਥਰ ਹੀ ਪੱਥਰ ਵਗੈਰਾ ਰੱਖੇ ਹੋਏ ਨੇ। ਇਹ ਪੱਥਰ ਰੁੜ ਕੇ ਆਉਂਦੇ ਆ ਜਾਂ ਵੈਸੇ ਰੱਖੇ ਹੋਏ ਨੇ? ਸੱਟੇ ਹੋਏ ਨੇ ਪੱਥਰ, ਮੈਂ ਕਿਹਾ ਸ਼ਾਇਦ ਕਿੱਧਰੋਂ ਰੋੜ ਕੇ ਆ ਗਏ ਯਾਰ, ਸ਼ਾਇਦ ਰੋੜ ਹੀ ਪੈਂਦੇ ਯਾਰ। ਦੇਖ ਸਕਦੇ ਜੀ ਪਾਣੀ ਥੋੜ੍ਹਾ ਥੋੜ੍ਹਾ ਖੜਾ ਹੈ। ਪਿਆਰੇ ਦੋਸਤੋ ਦੇਖੋ, ਅਸੀਂ ਬੜਾ ਸਫ਼ਰ ਕਰਕੇ ਆਏ ਹਾਂ, ਸਾਡੀ ਬਾਈਕ ਵੀ ਬੜੀ ਪਿੱਛੇ ਰਹਿ ਗਈ ਹੈ, ਉਹ ਨਜ਼ਰ ਹੀ ਨਹੀਂ ਆ ਰਹੀ ਹੈਗੀ ਸਾਡੀ ਬਾਈਕ ਕਿੱਥੇ ਹੈ। ਤਕਰੀਬਨ ਕਾਫ਼ੀ ਸਫ਼ਰ ਕਰੇ ਆਏ ਹੈਗੇ ਅਸੀਂ, ਇਹ ਦਰਿਆ ਹੈਗਾ ਬਹੁਤ ਵੱਡਾ, ਲੇਕਿਨ ਇੱਥੇ ਪਾਣੀ ਛਾਣੀ ਨਹੀਂ ਛੱਡਿਆ। ਇਹ ਦੇਖੋ ਕਿ ਇਹ ਮਸਲਨ ਕਿ ਉਹ ਬੰਦ ਕੀਤੇ ਹੋਏ ਨੇ ਦਰਵਾਜ਼ੇ, ਜਿਹੜੇ ਪਾਣੀ ਉਹ ਡੱਕਦੇ ਹੈਗੇ ਨੇ। ਤੋ ਪਿਆਰੇ ਦੋਸਤ ਇਹ ਦੇਖ ਸਕਦੇ ਤੁਸੀਂ ਮਾਹੌਲ ਇੱਥੋਂ ਦਾ, ਇਹ ਦੇਖ ਸਕਦੇ ਤੁਸੀਂ। ਵੈਸੇ ਕੰਮ ਬੜਾ ਰਿਸਕੀ ਜਿਹਾ, ਅਸੀਂ ਥੱਲੇ ਆ ਤਾਂ ਗਏ ਹਾਂ ਇਜਾਜ਼ਤ ਤੋਂ ਬਗੈਰ, ਲੇਕਿਨ ਆਉਣਾ ਨਹੀਂ ਚਾਹੀਦਾ। ਕੀ ਹੈ ਉੱਧਰੋਂ ਦਰਵਾਜ਼ੇ ਚੁੱਕਦੇ ਨੇ, ਉਹ ਗੇਟ ਜੇ ਚੁੱਕਦੇ ਨੇ ਅਤੇ ਅਸੀਂ ਵਿੱਚ ਫਿਰਦੇ ਹੈਗੇ ਹਾਂ। ਮੈਂ ਤੁਹਾਨੂੰ ਬੜੇ ਨਜ਼ਦੀਕ ਤੋਂ ਦਿਖਾ ਰਿਹਾ, ਦੇਖ ਸਕਦੇ ਜੇ ਬਹੁਤ ਹੀ ਪਿਆਰਾ ਮਾਹੌਲ ਹੈ ਮਾਸ਼ਾਅੱਲਾ। ਅਸੀਂ ਆਏ ਇੱਥੇ, ਦਲਦਲ ਵੀ ਹੁੰਦੀ ਹੈ ਕਿਸੇ ਕਿਸੇ ਜਗ੍ਹਾ 'ਤੇ, ਲੇਕਿਨ ਅਸੀਂ ਤੁਹਾਡੇ ਦੋਸਤਾਂ ਨੂੰ ਵੀਡੀਓ ਦਿਖਾਉਣ ਵਾਸਤੇ ਕਿ ਇਤਨਾ ਵੱਡਾ ਰਿਸਕ ਲੈ ਰਹੇ ਹਾਂ। ਦੇਖ ਸਕਦੇ ਜੀ ਵੀਵਲ, ਇਹ ਦੋਸਤ ਫਿਰਦੇ ਹੈਗੇ ਨੇ, ਦੇਖ ਸਕਦੇ ਦੋਸਤੋ। ਇਹ ਉੱਤੇ ਮਸਲਨ ਕਿ ਸੜਕ ਵਗੈਰਾ ਹੈਗੀ ਹੈ, ਉੱਤੋਂ ਪੁੱਲ ਲੰਘ ਰਿਹਾ ਹੈਗਾ, ਬਲਕਿ ਇੱਕ ਨਹਿਰ ਵੀ ਉੱਤੋਂ ਦੀ ਲੰਘ ਰਹੀ ਹੈਗੀ ਹੈ, ਜੋ ਕਿ ਇਸ ਟਾਈਮ ਚੱਲ ਨਹੀਂ ਰਹੀ। ਨੈਕਸਟ ਟਾਈਮ ਇਨਸ਼ਾਅੱਲਾ ਜਦੋਂ ਵੀ ਆਏ ਤੁਹਾਨੂੰ ਦਿਖਾਵਾਂਗੇ, ਅੱਲਾ ਖੈਰ ਕਰੇ ਜੀ। ਦੇਖ ਸਕਦੇ ਜੀ ਦੋਸਤੋ, ਇਹ ਮਸਲਨ ਕਿ ਯੈਸ ਬ੍ਰੋ, ਕਿਆ ਚੀਜ਼ ਹੈ ਜੀ? ਸਾਰਾ ਪਾਣੀ ਤੇ ਚੱਲ ਰਿਹਾ, ਪਾਣੀ ਸਾਫ਼ ਜਾ ਰਿਹਾ, ਰੇਤ ਦੇ ਥੱਲੋਂ ਦੀ ਗੁਜ਼ਰ ਕੇ ਜਾਵੇਗਾ ਨਾ, ਨਮੀ ਹੋਏਗੀ ਥੱਲੇ। ਇੱਕ ਹੋਰ ਬਾਤ ਹੈ, ਅਗਰ ਆਪ ਫੋਰ ਐਗਜ਼ਾਮਪਲ ਯਹਾਂ ਸੇ 1 ਕਿਲੋਮੀਟਰ ਦੂਰ ਗੱਡਾ ਖੋਦੋ ਨੀਚੇ ਜ਼ਮੀਨ ਮੇ, ਔਰ ਇਤਨੇ ਗਹਿਰਾ ਹੋ ਜਿਤਨੇ ਗਹਿਰੇ ਹਮ ਖੜੇ ਹੈ ਯਹਾਂ ਸੇ, ਜ਼ਮੀਨ ਸੇ ਹੋਗੀ ਤਕਰੀਬਨ ਕਿਤਨੇ ਫੁੱਟ ਹੈ?
10 फुट 20 फुट गहरा गड्ढा खोदे ना कोई तो वहाँ से पानी निकल आएगा, क्योंकि इसकी और उसकी तह बराबर है। बराबर है, सही सही। ये खजूरें हैं दोस्तों, ये देख सकते हैं आप। मैं पंजाबी च गल कर रहा, तू मैं उर्दू से लाते ही यार। कुछ नहीं होंगे, अपना यूट्यूब अपने भरा ने वेख रहे अपन। तो दोस्तों चैनल सबसक्राइब ही करना है, असं थोड़े वास्ते इतनी इतनी अच्छी वीडियो लैके आते हैं। तो पुल है वैसे, इतों ट्रेन गुजरती हैगी है, तुम्हें नज़र आ रहा, बड़ा दूर है, तकरीबन इतों 1 किलोमीटर दूर है। तो असं तुम्हें जूम करके दिखा रहे हैं, तो यह बहुत ज़्यादा, वैसे तो नज़र ही नहीं आ रहा है ना, देख सकते तुसी बहुत ही कम नज़र है, देखो। और बहुत ही प्यारा माहौल है माशाल्लाह। जेहड़े दोस्त चैनल ते नवे ने सबसक्राइब ही कर लैन, असी बार बार कहने तो दोस्तों नाल रिक्वेस्ट होंदी है तुहाडे दोस्तों नूं कि सपोर्ट करिया करो दोस्तों। दोस्तों ये देख सकते जे बाबा जी पानी पिया रहे ने, और ये ना इन्हें पानी के विचों ही गुजारना है इन्होंने, देख सकते जे इत्थे पानी इतना डूंगा शूंगा नहीं है। रेत भरन लिए आए जे बाबा जी? अच्छा अच्छा जी, सही सही। तो देख सकते हैं दोस्तों, बड़ा प्यारा मंजर है, पानी इधर तो फुल है, देख सकते जी दोस्तों। देख सकते दोस्तों, बड़ा प्यारा माहौल है, इधरों पानी बड़ा जबरदस्त। असि क्यों देखिए भाई, क्यों देखिए? मैं दोस्तों कह रहा, मैं तुम्हें नहीं कह रहा भाई, जो मेरे दोस्त ने मेरे भाई ने यूट्यूब से देख लिया, मैं उन्होंने रोकांगे नहीं। दोस्तों फुल सपोर्ट करनी है, मेरे भरा के पिछे नहीं लगना। नहीं नहीं रहन दिया जे, और नहीं मजाक कर रहे यार, की फायदा है, बंगा है वेला।